ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਐ, ਇੰਨੇ ਚ ਤਾਂ ਜਾਗਰ ਦੇ ਜਿਪਸੀ ਦੇ ਬੂਟ ਆਉਂਦੇ ਆ। ਮੈਂ ਲੁੰਗੀ ਨੀ ਚੱਕਦਾ, ਲੁੰਗੀ ਕੱਟ ਦੇਗੇ ਕੱਟ ਦੇਗੇ ਉਹ ਐ। ਬਾਕੀ ਜਦੋਂ ਜਗ੍ਹਾ ਆਪਣੀ ਪ੍ਰੋਪਰ ਬਣ ਗਈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਨਾਮ ਲੈ ਕੇ ਅਸੀਂ ਕੰਮ ਲੱਗਿਆ ਫਾਰਮ ਦਾ ਸਟਾਰਟ ਕਰਨਾ, ਠੀਕ ਹੈ ਜਾਗਰ? ਤੁਹਾਨੂੰ ਪਤਾ ਜੀ ਸਾਰਿਆਂ ਨੂੰ, ਪਹਿਲਾਂ ਤਾਂ ਆਪਾਂ ਪਲਾਨ ਕੀਤਾ ਸੀਗਾ ਵੀ ਉੱਧਰ ਜਿਹੜੇ ਬਾਹਰਲੀ ਸਾਈਡ ਮੈਂ ਵੀਡੀਓ ਪਾਈ ਸੀ ਵੀ ਉੱਥੇ ਫਾਰਮ ਬਣਾਵਾਂਗੇ। ਸੋ ਸਾਡਾ ਜਿਹੜਾ ਘੋੜਾ ਸੀਗਾ 9-11 ਉਹ ਗੁਜ਼ਰਨ ਕਰਕੇ ਅਸੀਂ ਉੱਥੇ ਕੈਂਸਲ ਕਰਤਾ, ਅਤੇ ਸਾਡਾ ਪਲਾਨ ਹੁਣ ਉਰੇ ਘਰ ਹੀ ਬਣ ਗਿਆ ਆਪਣਾ ਵੀ, ਹੈ ਨਾ? ਜੇ ਅਸੀਂ ਮੇਲਿਆਂ 'ਤੇ ਘੁੰਮਣ ਚੱਲ ਜਾਂਦੇ ਹਾਂ ਤਾਂ ਪਿੱਛੋਂ ਘਰ ਦੇ ਦੇਖ ਕੇ ਪਾ ਦਿੰਦੇ ਆ ਸਾਰਾ ਘੋੜੀਆਂ ਦਾਣਾ ਪਾਣੀ। ਆਹ ਜਿਹੜੀ ਸਾਰੀ ਜਗ੍ਹਾ ਮੱਝਾਂ ਰਹਿੰਦੀਆਂ ਸੀਗੀਆਂ ਜਿੱਥੇ ਪਹਿਲਾਂ, ਇਹ ਸਾਰੀ ਆਪਾਂ ਹੁਣ ਇੱਧਰੋਂ ਮਿੱਧਰੋਂ ਲੱਗਿਆ ਢਾਉਣ। ਅੱਜ ਅਸੀਂ ਕਰਤੀ ਸ਼ੁਰੂਆਤ। ਆਹ ਦੇਖੋ ਤੁਸੀਂ, ਇਹ ਸਾਰੀ ਜਗ੍ਹਾ ਜਿਵੇਂ ਆਹ ਖੜੀਆਂ ਨੇ ਘੋੜੀਆਂ, ਆਹ ਖੜੀ ਆਪਣੀ ਨੌਕਰੀ ਘੋੜੀ, ਆਹ ਸਾਰੀ ਜਗ੍ਹਾ ਢਾ ਕੇ ਉਰੇ ਆਪਾਂ ਰੂਮ ਬਣਾ ਦੇਣਾ ਇਕੱਲੇ ਇਕੱਲੇ ਕਮਰੇ ਘੋੜੀ ਦੇ, ਠੀਕ ਹੈ ਜਾਗਰ? ਵਾਹਿਗੁਰੂ ਕਿਰਪਾ ਰੱਖੇ, ਹਾਂ ਪਰਮਾਤਮਾ ਮਿਹਰ ਰੱਖੇ। ਨਾਮ ਲੈ ਕੇ ਅੱਜ ਸ਼ੁਰੂ ਕਰ ਦਾਂਗੇ। ਚੱਲ ਆ ਜਾ, ਪਹਿਲਾਂ ਆਪਾਂ ਇੱਧਰੋਂ ਇੱਟਾਂ ਪੱਟਣਾ ਸਟਾਰਟ ਕਰਦੇ ਹਾਂ, ਬਾਕੀ ਬੰਦੇ ਸਾਡੇ ਆ ਰਹੇ ਆ। ਆ ਉਰੋਂ ਅਸੀਂ ਇੱਟਾਂ ਪੱਟਣੀਆਂ ਸਟਾਰਟ ਕਰਦੇ ਹਾਂ, ਅਤੇ ਇੱਧਰ ਕਮਰੇ ਪੈ ਜਾਣਗੇ, ਇੱਧਰੋਂ ਇੱਧਰ ਕਮਰੇ ਪੈਣਗੇ, 6-7 ਕਮਰੇ ਵਧੀਆ ਘੋੜੀਆਂ ਦੇ ਬਣ ਜਾਣੇ ਆ। ਸਾਡੇ ਜਾਨਵਰ ਨੇ ਜਿਹੜੇ ਸਾਰੇ ਸਟਰੋਂਗ ਖੜੇ ਰਿਹਾ ਕਰਨ। ਬਿਲਕੁਲ ਬਾਈ ਬਿਲਕੁਲ, ਇੱਕ ਦੂਜੇ ਦੇ ਲੱਤਾਂ ਚਲਾਉਂਦੇ ਨੇ, ਫਿਰ ਐਨ ਓਕੇ ਖੜੇ ਰਿਹਾ ਕਰਨ, ਐਨ ਪੂਰੇ ਫਸਟ ਕਲਾਸ। ਚੱਕ ਲੋ ਚੱਕ ਲੋ ਰਿਵਾਲਵਰ, ਰਾਫਲਾਂ ਵੀ ਕਬਜ਼ਾ ਲੈਣਾ, ਹਥਿਆਰ ਕਰਾ ਲਏ ਤਿੱਖੇ, ਇੱਧਰ ਬਣਾਉਣਾ ਰੂਮ, ਬੈੜੀਆਂ ਕਰ ਦੇਣੀਆਂ ਨੇ ਪਿੱਛੇ। ਚਲੋ ਆਜੋ, ਬਹੁਤੀਆਂ ਗੱਲਾਂ ਨਾਮ ਮਾਰਦੇ ਹੋਏ ਕਿਹੜਾ ਲੈ ਕੇ ਬਾਬੇ ਦਾ ਨਾਮ ਪੱਟਣਾ ਸਟਾਰਟ ਕਰਦੇ ਸਾਰਾ ਨੀਚੋ ਫਰਸ਼। ਇਹ ਨੀਚੋ ਸਾਰਾ ਫਰਸ਼ ਪਹਿਲਾਂ ਆਪਾਂ ਪੱਟਾਂਗੇ, ਕਿਉਂਕਿ ਫਿਰ ਜਦ ਉੱਤੋਂ ਆਹ ਟਾਈਲਾਂ ਵਗੈਰਾ ਉੱਤੋਂ ਰੇਤਾ ਵੀ ਗਿਰੂਗਾ, ਹੈ ਨਾ ਮਿੱਤਰੋ? ਤਾਂ ਨੀਚਲੀਆਂ ਇੱਟਾਂ ਦੱਬ ਜਾਣੀਆਂ ਨੇ, ਫਿਰ ਰੇਤਾ ਪਰਾਂ ਕਰਦੇ ਫਿਰਾਂਗੇ। ਨਹੀਂ, ਪਹਿਲੀ ਇੱਟਾਂ ਆਪਾਂ ਪੱਟ ਕੇ ਸਾਰੀਆਂ ਬਾਹਰ ਕੱਢ ਲੈਂਦੇ ਹਾਂ। ਪਹਿਲਾਂ ਆਪਾਂ ਸਕੰਜੇ ਵਗੈਰਾ ਸਾਰੇ ਪੱਟੀਏ ਜਾਗਰ, ਆ ਲੋਹੇ ਵਾਲਿਆ ਖੁਰਲੀ ਪੱਟੋ ਪਹਿਲਾਂ, ਉਰੋਂ ਸਟਾਰਟ ਕਰ ਤੂੰ, ਜਿਉਂ ਜਿਉਂ ਪੱਟੀ ਜਾਵਾਂਗੇ ਨਾਲ ਹੁੰਦੀ ਪੱਟੀ ਜਾਵਾਂਗੇ ਸਾਰਾ। ਕਿੱਥੋਂ ਲੱਗੀ ਆਪਾਂ? ਇੱਥੋਂ ਪੱਟ, ਇਹ ਚੱਕ ਦੇ ਕੰਮ ਕਰਾਂ, ਕੱਢ ਦੇ ਇੱਟ। ਆਹ ਮੁੰਡੇ ਨੇ ਆ ਕੇ ਕੰਮ ਸਾਂਭਿਆ ਭਾਈ, ਸਾਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿਵੇਂ ਪੱਟੀਆਂ ਜਾਣਗੀਆਂ। ਆਹ ਮੁੰਡੇ ਨੇ ਸਾਂਭਿਆ, ਕਹਿੰਦੇ ਬਰਸੜ ਤੋਂ ਆ ਕੇ ਕੰਮ, ਕਿਉਂ ਜਾਗਰ? ਪਾਉਂਦਾ ਨੇਰੀ, ਇਹ ਤਾਂ ਗਈਆਂ ਇੱਟਾਂ ਗਈਆਂ, ਸਮਝ ਲਾ ਅੱਧੇ ਇੱਥੇ ਹੋ ਜਾ ਪਰਾਂ ਗੇਰਾ, ਕਿਤੇ ਲੱਤ ਵੜਦੇ ਤੇਰੀ। ਇਹ ਤਾਂ JCB ਤੋਂ ਜ਼ਿਆਦੇ ਤੇਜ਼ ਰਫ਼ਤਾਰ ਹੈ, ਕਿਉਂ ਬਾਬੇ? ਇਹ ਤਾਂ ਗਈਆਂ, ਬਸ ਲੱਗ ਜਾ ਗੇਰਾ ਹੁਣ। ਲੈ ਭਾਈ ਚੱਲ ਬਾਈ, ਆਹ ਦੇਖੋ ਤੁਸੀਂ, 6-6 ਫੁੱਟੇ ਜੱਟ ਨੀ ਬੋਲਦੇ ਆ, ਘੱਟ ਨੀ ਸੂਲੀ ਉੱਤੇ ਨੱਢੀਆਂ ਕਮੈਰੋ ਕਾਲੀ ਟੰਗ ਦੀ, ਥੱਲੋਂ ਲੈ ਕੇ ਉੱਪਰ ਤੱਕ 6.5 ਫੁੱਟੇ ਹੋਊਗਾ, ਘੱਟ ਨੀ ਹੈਗਾ। ਵੈਰੀ ਗੁੱਡ ਵੈਰੀ ਗੁੱਡ ਜਾਗਰ, ਵੈਰੀ ਗੁੱਡ। ਲੈ ਵੀ ਦੋਸਤੋ, ਜਗ੍ਹਾ ਦੀ ਸ਼ੋਰਟੇਜ ਕਰਕੇ ਹੁਣ ਅਸੀਂ ਘੋੜੀਆਂ ਦੂਜੇ ਘਰੇ ਪਹੁੰਚਾ ਕੇ ਆਉਣੇ ਆ, ਤੇ ਅਗਲਾ ਪਿੰਡ ਛੱਡ ਕੇ ਆਪਣੀ ਮਾਸੀ ਦਾ ਪਿੰਡ ਹੈ ਉੱਥੇ ਖੜਾ ਕੇ ਆਉਣੇ ਇਹਨਾਂ ਨੂੰ। ਤੇ ਆਹ ਦੇਖੋ, ਇੱਧਰ ਤਾਂ ਕੰਮ ਸ਼ੁਰੂ ਕਰ ਰੱਖਿਆ ਆਪਾਂ ਨੇ, ਪੱਟੀ ਜਾਂਦੇ ਆ, ਜਾਗਰ ਨੂੰ ਪੂਰਾ ਗੁੱਸਾ ਆ ਰਿਹਾ। ਪਹਿਲਾਂ ਆਪਾਂ ਬਰੋਨੀ ਉਰੇ ਬੰਨਦੇ ਹੁੰਦੇ ਸੀ, ਬੈੜੀਆਂ ਬੰਨ ਲੈਂਦੇ ਸੀ, ਹੈ ਨਾ, ਗਾਵਾਂ। ਤੇ ਹੁਣ ਇਹਦੇ ਕਰਕੇ ਪੱਟ ਪਟੀਏ ਕਰਕੇ ਗਾਵਾਂ ਆਪਾਂ ਪਿੱਛੇ ਘੋੜੀ ਵਾਲੀ ਸਾਈਡ ਕਰ ਦਾਂਗੇ, ਤੇ ਘੋੜੀਆਂ ਨੂੰ ਆਪਾਂ ਛੱਡ ਕੇ ਆ ਰਿਹਾ 5-7 ਦਿਨਾਂ ਦੇ ਵਿੱਚ, ਜਾਣੀ ਕਿ ਮਿਸਤਰੀ ਕਹਿੰਦਾ ਵੀ ਆਪਾਂ ਖਿੱਚ ਦੇਣਾ ਕੰਮ, ਲੇਬਰ ਪੂਰੀ ਸਾਡੀ ਕਾਇਮ ਹੈ, ਖਿੱਚ ਦੇਣਾ ਕੰਮ। ਬਾਕੀ ਜੱਸੀ ਭਰਾ ਹੋਣੀ ਆਏ ਹੋਏ ਨੇ, ਜੱਸੀ ਭਰਾ ਦੇ ਲੇਬਰ ਸਾਡੀ, ਪਿੰਡ ਦਾ ਮੁੰਡਾ ਹੋਰ ਵੀ ਠੀਕ ਹੈ, ਤੇ ਬਾਈ ਨੂੰ ਵੀ ਘੋੜਿਆਂ ਦਾ ਬਹੁਤ ਸ਼ੌਂਕ ਆ, ਤੁਹਾਨੂੰ ਘੋੜੀਆਂ ਦਿਖਾਉਣਾ ਮੈਂ ਆਪਣੀਆਂ, ਟਰਾਲੀ ਦੇ ਵਿੱਚ ਆਪਾਂ ਲੋਡ ਕਰ ਲਈਆਂ ਤੇ ਛੱਡ ਕੇ ਆਉਣੇ ਆ। ਉੱਥੇ ਆਪਾਂ 3 ਘੋੜੀਆਂ ਛੱਡ ਕੇ ਆਵਾਂਗੇ, ਲਿੱਟੋ, ਪੈਰੀ ਤੇ ਬਰੋਨੀ। ਆ ਲਓ ਜੀ, ਬਾਕੀ ਨੌਕਰੀ ਬੱਚੇ ਵਾਲੀ ਘੋੜੀ
ਜੁਗਨੀ ਉਹ ਆਪਾਂ ਇੱਥੇ ਐਡਜਸਟ ਕਰ ਦਾਂਗੇ ਹਨਾ, ਕਿਉਂਕਿ ਬੱਚੇ ਨੇ ਵੀਰੇ ਨਾਲ ਉਹਨਾਂ ਦੇ। ਚਲੀਏ ਫਿਰ। ਹਾਂ ਜੀ ਹਾਂ, ਚਲੋ ਚਲੋ। ਲਓ ਜੀ ਆਪਾਂ ਆ ਗਏ ਫਾਰਮ 'ਚ। ਓਕੇ ਬਾਏ ਬਾਏ ਬਰੋਨੀ, ਹੁਣ ਅਸੀਂ ਚੱਲਦੇ ਹਾਂ। ਲਓ ਵੀ ਮਿੱਤਰੋ, ਕਹਿੰਦੇ ਜਾਗਰ ਬਦਮਾਸ਼ ਨੇ ਸਾਰਾ ਫਰਸ ਤਾਂ ਦਿੱਤਾ ਪੱਟ, ਹੁਣ ਆਪਾਂ ਲਾਉਣੇ ਆ ਤਾਂ ਫਟਾਫਟ ਹੁਣ ਲਾਵਾਂਗੇ ਪਾਥੀਆਂ। ਹਾਂ, ਇਹ ਜਾਗਰ ਉਸਤਾਦ ਨੇ ਚੱਲੇ ਨੇ ਰੇਹ ਲੱਦਣ, ਉਹ ਵੀ ਤੁਹਾਨੂੰ ਦਿਖਾਵਾਂਗੇ। ਫਿਰ ਲਵਾਂਗੇ ਘੋੜੀ ਤੇ ਝਾਟੀਆਂ ਪਾ ਕੇ ਕਾਠੀਆਂ ਕਾਠੀਆਂ। ਆ ਉੱਪਰੋਂ ਆਪਾਂ ਕੱਲੀਆਂ ਕੱਲੀਆਂ ਟਾਈਲਾਂ ਵੀ ਲਾਉਣੀਆਂ ਨੇ, ਡੈਡੀ ਕਹਿੰਦਾ ਵੀ ਟਿਕਾ ਕੇ ਲਾਉਣੀਆਂ ਨੇ, ਟੁੱਟਣ ਨਹੀਂ ਦੇਣੀਆਂ। ਹੈ ਜਸੀ ਜ਼ਰੂਰੀ ਹੈ, ਕਿਉਂਕਿ ਫਿਰ ਗਾਂ ਆ ਨਾ, ਫਿਰ ਗਾਲਾਂ ਕਿਉਂਕਿ ਜਦੋਂ ਆਪਾਂ ਘੋੜੀਆਂ ਦੇ ਕਮਰੇ ਜਿਹੜੇ ਬਣਾਵਾਂਗੇ ਨਾ, ਉੱਤੇ ਆਹ ਗਾਡਰ ਟਾਈਲਾਂ ਬਾਲੀ ਪਾਵਾਂਗੇ, ਇਹ ਠੰਡਾ ਰਹਿੰਦਾ। ਜਾਲੇ ਤਾਂ ਆਪਾਂ ਨੇ ਹਜੇ ਤਾਂ ਨੀ ਦੱਸੀ, ਉਹ ਕਰੇ ਤੇ ਨਾ ਜਿਹੜੇ ਮੱਛਰ ਹੁੰਦੇ ਆ ਇਹਨਾਂ ਦੇ ਵਿੱਚ ਫਸ ਜਾਂਦੇ। ਹਾਂ, ਇਹ ਆਪਾਂ ਨੇ ਤਾਂ ਕਰਕੇ ਨੀ ਉਹ ਕਰੇ ਸੀਗੇ, ਬਾਕੀ ਜਿੰਨੇ ਵੀ ਪੁਰਾਣੇ ਘੋੜੀ ਵਾਲੇ ਨੇ ਸਭ ਨੂੰ ਪਤਾ ਇਹ ਕੋਈ ਵੀ ਨੀ ਲਾਉਂਦਾ ਹੁੰਦਾ ਜਿੰਨਾ ਟਾਈਮ ਮੱਛਰ ਹੁੰਦੇ ਆ ਤੇ ਉੱਪਰ ਮੱਛਰ ਟੰਗੀ ਰਹਿ ਜਾਂਦੇ ਆ। ਸਾਰੇ ਬਾਈ ਆਪਣਾ ਆਪਣਾ ਸਹਿਯੋਗ ਪਾ ਰਹੇ ਨੇ, ਆਪਣਾ ਭਰਾ ਸਿਮਰਨ ਨਿਰਮਾਣ ਤੇ ਕਹਿੰਦਾ ਜਦੋਂ ਪਤਾ ਲੱਗਿਆ ਵੀ ਫਾਰਮ ਦੀਆਂ ਤਿਆਰੀਆਂ ਸਟਾਰਟ ਹੋ ਗਈਆਂ, ਵੀਰੇ ਨੂੰ ਇੰਨਾ ਚਾਅ ਚੜਿਆ ਗੋਲੀ ਵਾਂਗੂ ਆਇਆ ਹੈ। ਕਿਹੜਾ ਜਹਾਜ਼ ਤਰ ਕੇ ਗਿਆ? ਹੈਂ, ਜਹਾਜ਼ ਕਿਹੜਾ ਤਰ ਕੇ ਗਿਆ? ਸਲਾਇਰ ਆ, ਜਿਹੜਾ ਜਾਗਰ ਚਲਾਉਂਦਾ ਹੁੰਦਾ। ਠੀਕ ਹੈ ਬਾਈ, ਤੇ ਆ ਲਓ ਜੀ ਆਪਾਂ ਆ ਗਏ ਕੋਠੇ ਤੇ। ਕੋਠੇ ਤੇ ਆ ਦੇਖੋ ਟਾਈਲਾਂ ਲੱਗ ਗਏ ਪੱਟਣ, ਤੁਹਾਨੂੰ ਦਿਖਾਉਣੇ ਆ। ਯਾਨੀ ਕਿ ਘੋੜੀਆਂ ਆਪਣੀਆਂ ਧੁੱਪ ਕਰਕੇ ਇੰਨੀਆਂ ਕੁ ਤੰਗ ਹੁੰਦੀਆਂ ਸੀ, ਆਪਾਂ ਨੂੰ ਹਰਾ ਪੜਦਾ ਪਾਉਣਾ ਪਿਆ ਤੇ ਪਹਿਲਾਂ ਤਾਂ ਉਹਦੇ ਚਾਦਰਾਂ ਪਾਉਣ ਦੀ ਸਲਾਹ ਸੀ, ਫਿਰ ਡੈਡੀ ਕਹਿੰਦਾ ਹੁਣ ਢਾਉਣਾ ਤਾਂ ਹੈਗਾ ਆਪਾਂ ਨੇ, ਤੇ ਆ ਦੇਖੋ ਆ ਸਾਰਾ ਉੱਤੋਂ ਟਾਈਲਾਂ ਪੱਟ ਕੇ ਉਹ ਕਰਨਾ। ਨਜ਼ਰਾਂ ਕਿਵੇਂ ਲੱਗ ਜਾਣਗੀਆਂ ਜਾਗਰਾ? ਬੂਟ ਦੇਖੋ ਜਾਗਰਾ, ਆਰਮੀ ਚ ਕੰਮ ਕਰਿਆ ਆ ਕਮਾਂਡੋ ਵਾਲੇ ਨੇ। ਦੱਸੋ ਤੁਸੀਂ ਚਾਨਣਾ ਪਾਓ, ਤੁਸੀਂ ਤਾਂ ਸ਼ਰੀਰ ਚ ਰਹਿ ਕੇ ਆਏ ਹੋਗੇ। ਲੈ ਵੀ ਬੱਲੇ ਬੱਲੇ ਕਰਤਾ ਕੰਮ ਸਾਰਾ, ਆ ਲਾਤੀਆਂ ਸਾਈਡ ਤੇ ਟਾਈਲਾਂ, ਤੇ ਬਾਕੀ ਹੁਣ ਸ਼ੁਰੂਆਤ ਕਰਾਂਗੇ ਕੱਲ ਨੂੰ। ਸਾਡੇ ਮੁੰਡੇ ਗਏ ਥੱਕ, ਬਾਕੀ ਇੰਨੀ ਛੇਤੀ ਥੱਕਣ ਵਾਲੀਆਂ ਮਸ਼ੀਨਾਂ ਤਾਂ ਹੈ ਨਹੀਂ, ਚਲੋ ਹੌਸਲਾ ਜਿਹਾ ਕਹਿ ਦਿੰਦੇ ਵੀ ਥੱਕ ਗਏ। ਨੀਚੋ ਲੱਗਿਆ ਸੀ ਹੁਣ ਸਫਾਈ ਕਰਨ, ਕਿਉਂਕਿ ਉਰੇ ਬਣਦੇ ਆ ਨੌਕਰੀ ਘੋੜੀ। ਮੌਸਮ ਅੱਜ ਖਰਾਬ ਆ, ਕੱਲ ਤੇ ਅੱਜ ਦਾ ਮੀਂਹ ਬਹੁਤ ਦੱਸਿਆ ਹੋਇਆ। ਜਿਹੜੀ ਆਪਾਂ ਸਵੇਰੇ ਜਾਗਰ ਕਹਿੰਦਾ ਵੀ ਨੀਚੋ ਇੱਟਾਂ ਪੱਟੀਆਂ ਸੀਗੀਆਂ, ਉਹ ਆਪਾਂ ਹੁਣ ਆ ਜਿਹੜੇ ਟੁੱਟੇ ਹੋਏ ਇੱਟਾਂ ਸੀਗੀਆਂ ਟੁੱਟੀਆਂ ਹੋਈਆਂ, ਉਹ ਇੱਧਰ ਲਾ ਰਹੇ ਹਾਂ। ਬਾਕੀ ਆ ਉੱਪਰੋਂ ਅੱਜ ਬਾਲਾ ਵੀ ਟੁੱਟ ਗਿਆ, ਕੱਲੂ ਪਰਸੋਂ ਦਾ ਆਪਾਂ ਦੇਖਣਾ, ਫਿਰ ਆਪਾਂ ਉੱਤੋਂ ਢਾਉਣ ਲੱਗਾਂਗੇ। ਨੌਕਰੀ ਘੋੜੀ ਆਪਾਂ ਅੰਦਰ ਬਣਦੇ ਹਾਂ। ਆ ਲਓ ਜੀ ਆਪਾਂ ਨੌਕਰੀ ਘੋੜੀ ਇੱਥੇ ਬੰਨਤੀ। ਆ ਬਛੇਰਾ, ਬਛੇਰਾ ਮਿੱਤਰੋ ਆਪਣਾ ਸੇਲ ਹੋ ਗਿਆ, ਤੇ ਬਛੇਰਾ ਸੀਗਾ 24-25 ਦਿਨਾਂ ਦਾ। ਬਾਈ ਕਹਿੰਦਾ ਵੀ ਵੀਰੇ ਮਹੀਨਾ ਦੁੱਧ ਪਿਆ ਦਿਓ ਹੋਰ, ਤੇ ਫਿਰ ਬਾਈ ਲੈ ਜੂਗਾ। ਬਛੇਰੇ ਦੀ ਖੜ ਨਹੀਂ ਚੈੱਕ ਕਰੋਗੇ ਨਾ ਤੁਸੀਂ। ਲੈ ਹੋ ਗਈ ਅਗਲੀ ਸਵੇਰ ਮਿੱਤਰੋ, ਡੈਡੀ ਸਾਨੂੰ ਸੌਣ ਨਹੀਂ ਦਿੰਦਾ, ਜਦੇ ਕਹਿ ਦਿੰਦਾ ਕਹਿੰਦਾ ਜੀ ਹੁਣ ਕੰਮ ਛੇੜਿਆ ਛੇੜਿਆ, ਕਹਿੰਦਾ ਇਹਨੂੰ ਪੂਰ ਨਿਭਾਓ। ਇਹ ਕੌਲ ਕਰਾ ਰਹੇ ਸੀ ਪੂਰ ਨਿਭਾਵਾਂਗੇ ਜੀ। ਬਾਕੀ ਜਾਗਰ ਇਹ ਨੀ ਹੈਗਾ ਆਪਾਂ ਗੱਲੀਆਂ ਘੋੜੀਆਂ ਭਜਾਉਣੇ ਆ, ਸਾਰੇ ਕੰਮ ਆਉਂਦੇ ਆ, ਸਾਰੇ ਕੰਮ ਆਉਂਦੇ ਆ। ਮੋਚਰੇ ਪਾ ਕੇ ਰੱਖੀ ਜਾ ਮੋਚਰੇ, ਐ ਨੀ ਪਤਾ ਬਈ ਹੁਣ ਜਾਗਰ ਆਟਾ ਢੂ ਕੇ ਮਿਸਤਰੀ ਨੂੰ ਕਹਦੇ ਸਾਈਡ ਤੇ ਹੋ ਜਾ, ਬਈ ਮੈਂ ਤਾਂ ਆਪੇ ਫਾਰਮ ਬਣਾਉਣਾ ਸਾਡਾ। ਆਸਮਾਨ ਤਾਂ ਦਿਖਾ ਦੇ, ਅੱਜ ਮੈਦਰ ਸੋਹਣਾ ਆ, ਮੀਂਹ ਦੀ ਸੰਭਾਵਨਾ ਆ, ਕੰਮ ਸਾਡਾ ਤਿਆਰ। ਦੇਖ ਲਓ ਤੁਸੀਂ ਕਿੰਨੀ ਇੰਗਲਿਸ਼ ਘੈਂਟ ਆ ਬਈ ਦੀ, ਵੈਦਰ ਨੂੰ ਵੀ ਮੈਦਰ ਹੀ ਦੱਸ ਰਿਹਾ ਉਹ, ਫਿਰ ਆਪਣਾ ਉਹ ਆਪਣੇ ਆਪਣੀ ਆ ਆਪਣਾ ਹੀ ਆ, ਦੂਜਾ ਬੰਦਾ ਨਾ ਸਮਝੇ। ਓਕੇ ਆ ਦੇ ਹੋਰ ਲੋਟ ਹੈ ਜੀ,
ਬਾਕੀ ਭਰਾ ਜੱਸੀ ਹੋਣੀ ਸਾਡੇ ਪਹੁੰਚ ਰਹੇ ਆ, ਅੱਜ ਅਸੀਂ ਚੱਕ ਦੇਣਾ ਕੰਮ ਅੱਧਾ ਫਰਸ਼ ਅੰਦਰੋਂ ਪੜਤਾ ਸੀਗਾ ਬਾਹਰਲਾ ਰਹਿ ਗਿਆ ਤੇ ਉੱਪਰੋਂ ਅੱਜ ਕਰ ਦੇਣਾ ਕੰਮ ਡਨ। ਅਸੀਂ ਸਾਰੀ ਗੱਲ ਨਿਊਜ਼ ਨਿਊ ਬਣਾਉਣੇ ਆਂਗੇ ਜਿਹੜੇ ਦੇਖਣ, ਜਿਵੇਂ ਅਸੀਂ ਘੋੜੀਆਂ ਨੂੰ ਆਪ ਕਰਕੇ ਖੁਸ਼ ਆ, ਦਾਣਾ ਪਾਣੀ ਪਾ ਕੇ ਖੁਸ਼ ਆ, ਤੇ ਅਸੀਂ ਫਾਰਮ ਵੀ ਆਪੇ ਪਾ ਕੇ ਖੁਸ਼ ਆ। ਲੈ ਮਿੱਤਰੋ, ਪਹਿਲਾਂ ਆਹ ਜਗ੍ਹਾ ਤੇ ਪਾਉਣਾ ਸੀਗਾ ਫਾਰਮ, ਇਹ ਵੀ ਤੁਹਾਨੂੰ ਦਿਖਾ ਦਿੰਦੇ ਆ, ਤੇ ਹੁਣ ਅਸੀਂ ਉਰੇ ਹਾਰਸ ਰਾਈਡਿੰਗ ਵਾਲਾ ਕਲੱਬ ਬਣਾਉਣਾ। ਹੱਥ ਤੇ ਸੱਟ ਲੱਗੀ ਬਾਬਿਓ, ਸੱਟ ਲੱਗੀ, ਬੁਰਾ ਹਾਲ ਹੋਇਆ ਪਿਆ। ਆ ਇਧਰੋਂ ਦਾ ਕਰਤਾ ਸੀ ਕੰਮ ਕੰਪਲੀਟ, ਆ ਰਹਿ ਗਿਆ। ਇਹ ਕਹਿੰਦੇ ਵੀ ਮੀਂਹ ਦੱਸਿਆ ਹੋਇਆ, ਕੱਲ ਨੂੰ ਢਾ ਦਾਂਗੇ। ਤੇ ਜੱਸੀ ਕਿੰਨੇ ਖਾਣ ਸੀਗੇ ਇਹਦੇ ਵਿੱਚ? ਸੱਤ ਸੱਤ ਖਾਣ ਤੇ ਆ ਦੇਖੋ ਬਾਲੇ ਤਾਰ ਕੇ ਇਹਦੇ ਉੱਤੇ, ਫਿਰ ਆਪਾਂ ਕਹਿੰਦੇ ਸਲੈਪਾਂ ਪਾ ਦਾਂਗੇ। ਜਾਗਰ ਜੀ ਕੀ ਕਹਿਣਾ ਚਾਹੁੰਦੇ ਹੋ? ਜਾਗਰ ਕਹਿੰਦਾ ਹੁਣ ਤਾਂ ਇੰਨੀ ਕੁ ਬਸ ਹੋ ਗਈ, ਕੁਛ ਨਹੀਂ ਕਿਹਾ ਜਾਂਦਾ, ਸਰੀਰ ਡਿੱਗੂ ਡਿੱਗੂ ਕਰੀ ਜਾਂਦਾ। ਹਿੰਮਤ ਬਹੁਤ ਮਾਰੀ ਆ ਬਾਈ ਮੁੰਡਿਆਂ ਨੇ। ਇਹ ਕਹਿੰਦੇ ਬਾਈ ਜੇ ਸਟਾਰਟਿੰਗ ਤੋਂ ਆਪਾਂ ਲੱਗਿਆ ਤਾਂ ਐਂਡ ਤੱਕ ਰਹਿਣਾ, ਰਿਸਕ ਰਿਸਕ ਹੈ। ਹਾਰਸ ਲੱਭ ਰਿਹਾ, ਹਾਰਸ ਨੂੰ ਪਾ ਕੇ ਉਹਨਾਂ ਦਾ ਖਾਣਾ ਦਾਣਾ, ਫਿਰ ਆਪਾਂ ਨੇ ਸੌ ਜਾਣਾ, ਫਿਰ ਨਹਾ ਲੈਣਾ। ਨਾ ਓਕੇ ਕਰ ਦਈਏ ਫਿਰ ਅੱਜ ਵਲੌਗ, ਕੱਲ ਨੂੰ ਮਿਲਦੇ ਆ ਸਾਰਿਆਂ ਨੂੰ, ਜਿੱਦਣ ਆਪਾਂ ਪਾਠ ਕਰਾਵਾਂਗੇ ਨੇ ਉਹਦੇ ਪਾਠੀ ਲਾਵਾਂਗੇ ਉਹ ਵਲੌਗ ਤੇ। ਓਕੇ ਜੀ ਓਕੇ। ਅੱਜ ਆ ਸਾਡਾ ਤੀਜਾ ਦਿਨ, ਉੱਪਰੋਂ ਅਸੀਂ ਛੱਤ ਢਾਤੀ, ਫਰਸ਼ ਪੱਟਤਾ, ਹੁਣ ਪੱਟਣ ਲੱਗੇ ਜੀ ਅਸੀਂ ਨਿਊ 8 ਫੁੱਟ ਡੂੰਘੀ ਹੈ। ਇਹ ਪੁਰਾਣੇ ਕਾਰੀਗਰਾਂ ਨੇ ਪਾਇਆ ਹੋਇਆ ਦੀ ਕਰ ਕੇ ਹੁਣ ਜੱਸੀ ਉੱਥੇ ਗੇਟ ਆ ਗਏ ਦੇਖ ਲਓ। ਅੱਛਾ ਉੱਥੇ ਗੇਟ ਆ, ਇਹ ਹੁਣ 9 ਫੁੱਟ 8 ਫੁੱਟ ਹੋਰ ਡੂੰਘੀ ਆ ਲਾ ਲਓ ਤੁਸੀਂ, ਨਿਊ ਬਹੁਤ ਡੂੰਘੀ ਹੈ। ਅਜੇ ਤਾਂ ਦੇਖੋ ਤੁਸੀਂ ਕਿੰਨੀ ਪੱਟਤੀ, ਫਿਰ ਵੀ ਇੱਟਾਂ ਦਿਖੀ ਜਾਂਦੀਆਂ ਨੇ। ਇਹ ਸਾਰੀ ਕੱਢਣੀ ਆ ਆਪਾਂ, ਕਿਉਂਕਿ ਇਹ ਕਮਰਾ ਰਹਿ ਜੂਗਾ ਛੋਟਾ, ਔਰ ਇਹ ਖੁਰਲੀ ਬਣ ਜੂਗੀ ਫਿਰ ਛੋਟਾ ਰਹਿ ਜੂਗਾ, ਅਤੇ ਇਹਨੂੰ ਆਪਾਂ ਉਰੇ ਤੱਕ ਵਧਾਵਾਂਗੇ, ਇੰਨਾ ਵਧਾ ਲੈਣਾ, ਦੋ ਕਮਰੇ ਇੱਥੇ ਪੈ ਜਾਣਗੇ ਬਾਕੀ ਪਰਾਂ। ਕਿਉਂ ਜਾਗਰ? ਠੀਕ ਆ ਬਾਈ। ਇੱਧਰ ਜਾਗਰ ਬਦਮਾਸ਼ ਹੋਣੀ ਭਾਈ, ਜਿਹੜੇ ਛੱਤ ਤੋਂ ਬਾਲੇ ਲਾਏ ਅਤੇ ਉਹ ਲੈ ਕੇ ਚੱਲਿਆ ਖੇਤ। ਨਿਊ ਪੱਟਤੀ ਕਹਿੰਦੇ ਜੱਸੀ ਲੰਬੜਦਾਰ, ਉਹਨਾਂ ਨੇ 8 ਫੁੱਟ 8 ਫੁੱਟ ਤੋਂ ਵੀ ਜ਼ਿਆਦੇ ਡੂੰਘੀ ਨਿਊ ਹੋ ਸਕਦੀ ਹੈ ਹਨਾ। ਅਤੇ ਜੱਸੀ ਦਾ ਯਾਰ ਬੇਲੀ ਪਹੁੰਚਿਆ ਬਾਈ ਅਗੇਤੇ ਪਿੰਡ ਤੋਂ, ਕਹਿਵਾਂ ਵੀਰੇ। ਬਾਕੀ ਜੱਸੀ ਕਹਿੰਦਾ ਨੀਚੇ ਪੁਰਾਣੀਆਂ ਇੱਟਾਂ ਨੇ ਇਹ, ਲਾ ਲਓ ਤੁਸੀਂ ਘਰ ਪਾਏ ਨੂੰ ਹੋ ਗਏ ਹੁਣ 60 ਸਾਲ ਵਾਂਗੂ ਹਨਾ, ਵੱਧ ਵਿਸ਼ੱਕ ਹੋ ਗਏ। ਹਾਂ, ਅਤੇ ਨੀਚੋਂ ਖੋਖਲੀਆਂ ਇੱਟਾਂ ਨਿਕਲਣ ਲੱਗ ਗਈਆਂ ਭਾਈ, ਉਹ ਅਸੀਂ ਨੀਚੀ ਦੱਬ ਕੇ ਉੱਪਰ ਪਰਤ ਪਾ ਦੇਣੀ ਆ ਨਵੇਂ ਸਿਰੇ ਤੋਂ। ਉਹ ਜਿੱਥੇ ਤੁਹਾਨੂੰ ਗੇਟ ਦੇਖ ਰਿਹਾ, ਇੰਨਾ ਵਧਾ ਕੇ ਕਮਰੇ ਪਾਉਣੇ ਸਟਾਰਟ ਕਰਾਂਗੇ ਇੱਧਰ ਘੋੜੀਆਂ ਦੇ, ਅਤੇ ਆਹ ਵੀ ਦੇਖਦੇ ਹਾਂ ਜੀ ਸਾਡੀ ਸਲਾਹ ਬਣੀ ਢਾ ਦਾਂਗੇ। ਉੱਧਰ ਨੌਕਰੀ ਘੋੜੀ ਮਿੱਤਰੋ ਖੜਦੀ ਸੀ ਗਰਮੀ 'ਚ, ਅਸੀਂ ਸੋਚਿਆ ਵੀ ਆਪਾਂ ਪਵਨ ਦੇ ਨਾਲ ਹੀ ਬਣਾ ਦਈਏ, ਅਤੇ ਹੁਣ ਆਪਾਂ ਇਹਦੇ ਵਿਚਕਾਰ ਉਰੇ ਸਪੋਰਟ ਲਾ ਦਿੰਦੇ ਹਾਂ। ਉੱਧਰ ਹੋ ਜੂ ਪਵਨ, ਅਤੇ ਇੱਧਰ ਆਪਣੀ ਨੌਕਰੀ ਘੋੜੀ ਜੁਗਣੀ ਦੀ ਆਪਾਂ ਇੱਥੇ ਬਣਾਵਾਂਗੇ। ਉਹ ਜੀ ਬੈਲੀਓ ਚੈੱਕ ਕਰੋ, ਕਹਿੰਦੇ ਮੁੰਡੇ ਮਿਹਨਤੀ ਵਾਲੇ ਆ। ਆਹ ਕਮਰਾ ਬਣਾਤਾ ਨੌਕਰੀ ਦਾ ਭਾਈ, ਤੇ ਆਹ ਦੇਖੋ ਇਹ ਲਾਤੇ ਪੜਦੇ ਹਜੇ, ਇਹਨੂੰ ਆਪਾਂ ਕੀ ਕਹਿ ਸਕਦੇ ਆ ਵੀ ਹਜੇ ਨਾਰਮਲ ਫਾਰਮ ਆ ਸਾਡਾ। ਇੱਧਰ ਇਹ ਦੇਸੀ ਜਗਾੜ ਲਾਤੇ, ਹਜੇ ਦੇਸੀ ਫਾਰਮ ਤਿਆਰ ਹੋ ਰਿਹਾ। ਇੱਧਰ ਬਣਾਤੀ ਆਪਾਂ ਆਪਣੀ
ਪਰੀ ਤੇ ਪਵਨ ਦਾ ਕਮਰਾ, ਇੱਧਰ ਨੌਕਰੀ ਦਾ, ਉੱਥੇ ਆਪਾਂ ਜੁਗਣੀ ਦਾ ਬਣਾਵਾਂਗੇ ਥੋੜੇ ਟਾਈਮ ਤੱਕ। ਤੁਹਾਨੂੰ ਉਹ ਵੀ ਤਿਆਰ ਕਰਕੇ ਦਿਖਾ ਦੇਣਾ। ਕਿੰਨੇ ਮਿੰਟ ਲੱਗਣੇ ਗੁਰਦਿੱਤ? ਸਾਰੇ 20 ਮਿੰਟ ਲੱਗੇ ਨੇ, ਹੈ ਨਾ? ਕਰਤਾ ਤਿਆਰ। ਬਾਕੀ ਉਹ ਦੇਖੋ ਤੁਸੀਂ ਉੱਧਰ ਜਾਗਰ ਰਿਹਾ ਮਾਰੋ ਮਾਰ ਮੰਡ, ਉੱਥੇ ਆਪਾਂ ਕਮਰੇ ਪਾ ਦੇਣੇ ਆ ਭਾਈ। ਆਹ ਤੇ ਕਬੂਤਰ ਆ ਗਈ ਜੀ ਆਪਣੀ ਨੌਕਰੀ। ਦੇਖੋ ਪਵਨ ਕਿਵੇਂ ਵੇਖਦੀ ਇਹਨੂੰ, ਦੇਖ ਦੇਖ। ਪਹਿਲਾਂ ਜਾਗਰ ਦੇ ਤਾਂ ਭਰ ਲਿਆ ਬੁਰਕਾ, ਹੁਣ ਬਖਸ਼ ਦੇ ਕਿਸੇ ਨੂੰ। ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ, ਇੰਨੇ ਚ ਤਾਂ ਜਾਗਰ ਦੇ ਜਿਪਸੀ ਦੇ ਬੂਟ ਆਉਂਦੇ ਆ। ਕਰੋ ਬਈ ਚੈੱਕ ਮਿੱਤਰੋ, ਜਾਗਰ ਦੇ ਪੁੱਠੇ ਕੰਮ ਇਹ ਕਿੱਥੇ ਟਲਦਾ ਹੈ? ਚਾਰ ਚੰਦ ਲੈਣਾ। ਇਹ ਸਾਡਾ ਜਿਪਸੀ ਹੈ ਜੀ, ਹਾਂ, ਇਹਦੀ ਬੜੀ ਸੰਭਾਲ ਰੱਖਦੇ ਆ, ਕੇਅਰ ਕਰਦੇ ਆ। ਬੂਟਾਂ ਨਾਲ ਤਾਂ ਘਰੋਂ ਬਾਹਰ ਜਾਂਦਾ, ਇਹਦੇ ਪੈਰ ਤੇ ਸਕਰੈਚ ਨਹੀਂ ਪੈਣ ਦੇਣੇ। ਠੀਕ ਹੈ, ਫੁੱਲਾਂ ਵਾਂਗੂ ਰੱਖਣਾ, ਫੁੱਲਾਂ ਵਾਂਗੂ ਰੱਖਣਾ। ਇਹ ਥੋੜੀ ਸ਼ਰਾਰਤ ਕਰਦਾ ਤਾਂ ਲਿਬੜ ਜਾਂਦਾ ਆ, ਸਾਨੂੰ ਵੀ ਨਹੀਂ ਦੱਸਦਾ ਮੈਂ ਲਿਬੜਨ ਜਾ ਰਿਹਾ। ਕਈ ਵਾਰੀ ਤਾਂ ਘੋੜੀ ਦੇ ਉੱਤੇ ਇਹਦੀ ਸਲੰਘ ਮਾਰ ਕੇ ਪਰਲੇ ਪਾਸੇ ਲਿਟਣ ਲੱਗ ਜਾਂਦਾ, ਲੇਟ ਜਾਦੇ ਮਾਰਦਾ ਨਾ। ਠੀਕ ਹੈ, ਬੜਾ ਹੋ ਕੇ ਤਾਂ ਇਹ ਬਣੂਗੇ ਸਟਾਲੀਅਨ। ਓਕੇ, ਤੇ ਬਾਕੀ ਇੱਥੇ ਰਹਿ ਗਿਆ ਜੁਗਣੀ ਦਾ ਕਮਰਾ। ਜੁਗਣੀ ਦਾ ਕਮਰਾ ਬਣਾਉਣ ਲੱਗਿਆ, ਉਸ ਤੋਂ ਬਾਅਦ ਬਲੌਗ ਦਾ ਕਰ ਦਾਂਗੇ ਐਂਡ। ਅਗਲੇ ਬਲੌਗ ਦੇ ਵਿੱਚ ਮਿਲਾਂਗੇ ਮਿੱਤਰੋ, ਕਮਰਾ ਬਣਾ ਕੇ ਦਿਖਾਉਣਾ ਤੁਹਾਨੂੰ। ਬਸ ਤੁਸੀਂ ਬਹੁਤ ਆ, ਇੱਧਰ ਵੀ ਲਾ ਦਿੰਦੇ ਆਪਾਂ। ਜੁਗਨੀ ਦੀ ਖੁਰਨੀ ਬਹੁਤ ਆ, ਮੈਂ ਕਹਿਣਾ ਐਡੀ ਉੱਚੀ ਬਹੁਤ ਆ। ਜਾਗਰ ਦੇਖ ਓਏ, ਤੇਰਾ ਮੂੰਹ ਫਿੱਟ ਆਉਂਦਾ। ਲੈ ਭਾਈ, ਸਾਡਾ ਛੋਟਾ ਜਿਹਾ ਫਾਰਮ ਤਾਂ ਹਜੇ ਰੈਡੀ ਕਰਤਾ ਸੀ, ਬਾਕੀ ਬਣੀ ਜਾਂਦਾ। ਕਿਉਂਕਿ ਬਾਈ ਜੀ ਅਸੀਂ ਆਪ ਕੰਮ ਕਰਕੇ ਖੁਸ਼ ਹਾਂ, ਤੇ ਬਾਕੀ ਦੇਖਿਓ ਤੁਸੀਂ ਜਦ ਫਾਰਮ ਤਿਆਰ ਹੋ ਗਿਆ, ਰੰਗ ਰੋਗਨ ਜਿਹੜਾ ਵੀ ਕਰਨਾ ਸੀ ਆਪਣੇ ਹੱਥੀ ਕਰਨਾ। ਬੇਬੇ ਕਹਿੰਦੀ ਸੀ ਲੋਕੀ ਨੀ ਜਰਦੇ, ਬਾਬਾ ਨੀਵਿਆਂ ਰੁੱਖਾਂ ਨੂੰ ਫਲ ਆਵੇ, ਅੱਧਾ ਪਿੰਡ ਸੁੱਖਾਂ ਸੁੱਖ ਦਾ, ਮੁੰਡਾ ਕਰਨਾ ਤਰੱਕੀ ਕਿਤੇ ਜਾਵੇ। ਉਹਨਾਂ ਘਰੇ ਦੋ ਲੱਡੂ ਵੱਧ ਦੀ ਮੰਮੀ ਏ, ਜਿਹੜੇ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ। ਜੁਗਣੀ ਕਿਹੜਾ ਸੱਕਰ ਵਾਲੇ ਪਾਣੀ ਤੋਂ ਬਗੈਰ ਪਾਣੀ ਪੀਂਦੀ ਹੈ। ਪੁੱਛੋ ਏ ਜੁਗਣੀ ਨੂੰ ਕਮਰਾ ਕਿਵੇਂ ਲੱਗਿਆ ਦਾ। 6 ਦਿਨ ਹੋ ਗਏ ਸੀ ਬਾਈ ਜੁਗਣੀ ਆਪਣੀ ਖੜੀ ਹੋ ਰਹੀ ਆ, ਤੇ ਹੁਣ ਨਾ ਆਪਾਂ ਇਹਦਾ ਅੱਜ ਬਣਾਇਆ, ਹੁਣ ਬੈਠੂਗੀ ਵਿਚਾਰੀ। ਤੇ ਅੱਜ ਤੱਕ ਜਦੋਂ ਵੀ ਇਹਦਾ ਜਨਮ ਹੋਇਆ ਆਪਾਂ ਨੇ ਕਦੇ ਵੀ ਰੱਸਾ ਨਹੀਂ ਪਾਇਆ ਸੀ, ਪਰ ਆ 6-7 ਦਿਨ ਬਹੁਤ ਅਫਸੋਸ ਹੋਇਆ ਵੀ ਇਹਦੇ ਲਗਾਤਾਰ ਰੱਸਾ ਪਾ ਕੇ ਰੱਖਿਆ। ਪਰ ਕੋਈ ਗੱਲ ਨਹੀਂ, ਚਲੋ ਹੁਣ ਖੋਲਤੀ ਆਪਾਂ। ਦੇਖੋ ਆਹ ਜੁਗਣੀ ਦਾ ਬਣਾਤਾ, ਇੱਧਰ ਹੋ ਗਿਆ 3 ਘੋੜੀਆਂ ਆਪਣੀਆਂ, ਤੁਹਾਨੂੰ ਪਤਾ ਤੁਸੀਂ ਪਹਿਲਾਂ ਦੇਖੀ ਹੈ ਵੀਡੀਓ, ਆਪਣੀ ਮਾਸੀ ਕੋਲ ਛੱਡਿਆ ਹੈ। ਬਾਕੀ ਜਦੋਂ ਜਗ੍ਹਾ ਆਪਣੀ ਪ੍ਰੋਪਰ ਬਣ ਗਈ, ਅਗਲਾ ਬਲੌਗ ਮਿੱਤਰ ਤੁਹਾਨੂੰ ਦਿਖਾਵਾਂਗੇ। ਕਿਵੇਂ ਲੱਗੀ ਮਿੱਤਰੋ ਜਾਗਰ ਬਾਈ ਦੀ ਮਿਹਨਤ, ਮਤਲਬ ਆਪਣੀ, ਤੇ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਤੇ ਦਿਓ ਵਧਾਈਆਂ ਨਵੇਂ ਫਾਰਮ ਦੀਆਂ ਸਾਨੂੰ। ਫਿਰ ਤੁਹਾਨੂੰ ਜਦੋਂ ਫਾਰਮ ਪੈ ਗਿਆ ਨਿਊ ਐਡਰੈਸ 'ਚ ਮਿਲਾਂਗੇ ਯਾਰ, ਉਹ ਨਿਊ ਐਡਰੈਸ 'ਚ। ਠੀਕ ਹੈ, ਬਾਕੀ ਜਦੋਂ ਆਪਣਾ ਫਾਰਮ ਸਟਾਰਟ ਹੋ ਗਿਆ, ਮਿਸਤਰੀ ਪਹੁੰਚ ਗਿਆ, ਤੇ ਫਿਰ ਆਪਾਂ ਬਲੌਗ ਲੈ ਕੇ ਆਉਂਦੇ ਹਾਂ। ਠੀਕ ਹੈ ਜੀ, ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ। ਚੰਗਾ ਜੀ, ਰੱਬ ਰੱਖਾ।